ਪਵਿੱਤਰ ਪ੍ਰਭੂ ਯਿਸੂ ਮਸੀਹ ਅੱਜ ਤੋਂ 2021 ਸਾਲ ਪਹਿਲੇ ਤੁਹਾਡੇ ਵਾਸਤੇ ਧਰਤੀ ਤੇ ਦੇਹ ਧਾਰੀ ਹੋ ਗਿਆ। ਪ੍ਰਭੂ ਯਿਸੂ ਮਸੀਹ ਤੁਹਾਡੇ ਵਾਸਤੇ ਸਲੀਬ ਤੇ ਮਰ ਗਿਆ, ਕਬਰ ਚ ਦੱਬਿਆ ਗਿਆ, ਤੀਸਰੇ ਦਿਨ ਮੁਰਦੇ ਤੋਂ ਜ਼ਿੰਦਾ ਸੁਰ ਚ ਜ਼ਿੰਦਾ ਹੀ ਜ਼ਿੰਦਾ ਉਠਾਇਆ ਗਿਆ। ਪ੍ਰਭੂ ਯਿਸੂ ਮਸੀਹ ਨੇ ਆਖਿਆ, ਮੈਂ ਜਾਂਦਾ, ਮੈਂ ਫੇਰ ਆਵਾਂਗਾ, ਮੈਂ ਤੁਹਾਨੂੰ ਆਪਣੇ ਨਾਲ ਲੈ ਕੇ ਜਾਵਾਂਗਾ। ਕੀ ਤੁਸੀਂ ਜਲਦੀ ਆਉਣ ਵਾਲੇ ਪਰਮੇਸ਼ਰ ਦੇ ਪੁੱਤਰ ਪ੍ਰਭੂ ਯਿਸੂ ਮਸੀਹ ਨਾਂ ਚ ਵਿਸ਼ਵਾਸ ਕਰਦੇ ਹੋ? ਤੁਸੀਂ ਆਪਣੀ ਮਰਜ਼ੀ ਨਾਲ ਬਸ ਮੈਂ ਲੈ ਰਹੇ ਹੋ? ਤੁਹਾਡਾ ਕਿਹੜੇ ਕੋਈ ਧਰਮ ਪਰਿਵਰਤਨ ਤਾਂ ਨਹੀਂ ਕੀਤਾ? ਤੁਹਾਨੂੰ ਕਿਹੜੇ ਕੋਈ ਲਾਲਚ ਤਾਂ ਨਹੀਂ ਦਿੱਤਾ? ਕੋਈ ਦਬਾਅ ਤੇ ਨਹੀਂ? ਬਪਤਿਸਮਾ ਲੈਣ ਦੇ ਜ਼ਿੰਮੇਵਾਰ ਤੁਸੀਂ ਆਪ ਜੇ ਨਾ, ਆਪਣੀ ਖੁਸ਼ੀ ਨਾਲ ਆਪਣਾ ਜੀਵਨ ਪ੍ਰਭੂ ਨੂੰ ਦੇ ਰਹੇ ਹੋ। ਤੁਹਾਡੇ ਵਿਸ਼ਵਾਸ ਤੁਹਾਡੇ ਗਵਾਹੀ ਦੇ ਕਾਰਨ ਮੈਂ ਤੁਹਾਨੂੰ ਪਿਤਾ ਪੁੱਤਰ ਪੁੱਤਰ ਆਪ ਨਾਲ ਲੈ ਕੇ ਜਾਵਾਂਗਾ। ਮੌਤ ਤੱਕ ਵਫ਼ਾਦਾਰ ਹੋਵੇ ਤੇ ਜੀਵਨ ਦਾ ਤਾਸ ਪਾਓਗੇ। ਆਮੀਨ। ਪਰਮੇਸ਼ਰ ਦਾ ਪੁੱਤਰ ਪ੍ਰਭੂ ਯਿਸੂ ਮਸੀਹ ਅੱਜ ਤੋਂ 2021 ਸਾਲ ਪਹਿਲੇ ਤੁਹਾਡੇ ਵਾਸਤੇ ਧਰਤੀ ਦੇ ਦੇਹ ਧਾਰੀ ਹੋ ਗਿਆ। ਪ੍ਰਭੂ ਯਿਸੂ ਮਸੀਹ ਤੁਹਾਡੇ ਵਾਸਤੇ ਸਲੀਬ ਤੇ ਮਰ ਗਿਆ, ਕਬਰ ਚ ਦੱਬਿਆ ਗਿਆ, ਤੀਸਰੇ ਦਿਨ ਮੁਰਦੇ ਤੋਂ ਜ਼ਿੰਦਾ ਹੋ ਕੇ ਸੁਰਗ ਚਲਾ ਗਿਆ। ਪ੍ਰਭੂ ਯਿਸੂ ਮਸੀਹ ਨੇ ਆਖਿਆ, ਮੈਂ ਜਾਂਦਾ, ਮੈਂ ਫੇਰ ਆਵਾਂਗਾ, ਮੈਂ ਤੁਹਾਨੂੰ ਆਪਣੇ ਨਾਲ ਲੈ ਜਾਵਾਂਗਾ। ਕਿ ਤੁਸੀਂ ਜਲਦੀ ਆਉਣ ਵਾਲੇ ਪਰਮੇਸ਼ਰ ਦੇ ਪੁੱਤਰ ਪ੍ਰਭੂ ਯਿਸੂ ਮਸੀਹ ਨਾਲ ਤੇ ਵਿਸ਼ਵਾਸ ਕਰਦੇ ਹੋ? ਔਰ ਤੁਸੀਂ ਆਪਣੀ ਮਰਜ਼ੀ ਨਾਲ ਬਸ ਮੈਂ ਲੈ ਰਹੇ ਹੋ? ਤੁਹਾਨੂੰ ਕਿਸੇ ਕੋਈ ਲਾਲਚ ਤਾਂ ਨਹੀਂ ਦਿੱਤਾ? ਕੋਈ ਧਰਮ ਪਰਿਵਰਤਨ ਤਾਂ ਨਹੀਂ ਹੋ ਰਿਹਾ? ਔਰ ਤੁਹਾਡੇ ਤੇ ਕੋਈ ਦਬਾਅ ਤੇ ਨਹੀਂ? ਵਾਪਸ ਮੈਂ ਲੈਣ ਦੇ ਜ਼ਿੰਮੇਦਾਰ ਤੁਸੀਂ ਆਪ ਦੇ ਨਾ, ਤੁਹਾਡੇ ਵਿਸ਼ਵਾਸ ਤੇ ਗਵਾਹੀ ਕਰਾਂ ਮੈਂ ਤੁਹਾਨੂੰ ਪਿਤਾ ਪੁੱਤਰ ਪੌਤਰ ਆਪ ਨਾਲ। ਮੌਤ ਤੱਕ ਵਫ਼ਾਦਾਰ ਹੋਵੇ ਤੇ ਜੀਵਨ ਦਾ ਤਾਸ ਪਾਓਗੇ। ਆਮੀਨ।